पंचायती चोणां नूं लै के काफ़ी ज़्यादा उत्साह जो पिंडां दे विच वेखण नूं मिल रहा तां उत्थे तुसीं वेख सकदे हो कि असीं इस वक्त मौजूद हैगे नशहरे विखे ते उत्थे जिथे कि लोग सवेर तों ही लंबियां लाइनां दे विच मौजूद ने वोट पाउण वास्ते तां उत्थे ही एक तुसीं इहनां वल ध्यान दे सकदे हो कि अपने ट्राईसाइकल दे उत्ते हालांकि शरीरिक वजों जरूर अपाहिज ने रब वल्लों मार है लेकिन वोट पाउण दा उत्साह उन्ना ही ज़्यादा हैगा ते साडे नाल मौजूद ने तां सब तों पहलां जी ਕਿਵੇਂ ਵੇਖਦੇ ਹੋ ਜਿਹੜੀਆਂ ਚੋਣਾਂ ਹੈਗੀਆਂ ਸਰਪੰਚੀ ਚੋਣਾਂ ਹੈਗੀਆਂ ਤੁਹਾਨੂੰ ਕੀ ਕੀ ਆਸ ਉਮੀਦ ਹੈਗੀ ਆ ਤੁਸੀਂ ਅੱਜ ਫੇਰ ਵੀ ਕਿਉਂਕਿ ਲੋਕ ਜ਼ਿਆਦਾਤਰ ਕੀ ਹੁੰਦਾ ਕਿ ਘਰਾਂ 'ਚ ਬਹਿੰਦੇ ਨੇ ਲੇਕਿਨ ਸਰੀਰਕ ਵਜੋਂ ਨਹੀਂ ਠੀਕ ਹੈਗੇ ਪਰ ਫੇਰ ਵੀ ਵੋਟ ਪਾਉਣ ਪਹੁੰਚੋ ਤੁਸੀਂ ਵਧੀਆ ਗੱਲ ਆ ਸਰ ਕਿ ਸੋਚਣਾ ਚਾਹੀਦਾ ਆਪਣੀ ਸਰਕਾਰ ਆ ਕਿਸੇ ਨਾ ਕਿਸੇ ਨੂੰ ਚੰਗੇ ਬੰਦੇ ਨੂੰ ਸਟੈਂਡ ਕਰਨਾ ਚਾਹੀਦਾ ਹੈ ਕਿਉਂਕਿ ਜਾਣਾ ਚਾਹੀਦਾ ਫਰਜ਼ ਬਣਦਾ ਸਾਡਾ ਸਰ ਜੀ ਕੀ ਲੱਗਦਾ ਤੁਹਾਨੂੰ ਕਿ ਕਿਹੋ ਜਿਹਾ ਸਰਪੰਚ ਪਿੰਡ ਨੂੰ ਮਿਲਣਾ ਚਾਹੀਦਾ ਅਸੀਂ ਕਹਿੰਦੇ ਕਿ ਜਿਹੜਾ ਸਰਪੰਚ ਪਿੰਡ ਦਾ ਸੋਚੇ ਬੜਾ ਸੋਹਣਾ ਵਿਕਾਸ ਕਰੇ ਉਹ ਜਿਹਾ ਸਰਪੰਚ ਸਾਨੂੰ ਚਾਹੀਦਾ ਸਰ ਕਿਹੜੀ ਕਿਹੜੀ ਚੀਜ਼ਾਂ ਦੀ ਘਾਟ ਜਿਹੜੀ ਆ ਤੁਹਾਨੂੰ ਹਲੇ ਲੱਗਦੀ ਆ ਕਿ ਆਹ ਚੀਜ਼ਾਂ ਦੀ ਘਾਟ ਹੈਗੀ ਆ ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਸਰ ਕੁਝ ਗਰੀਬਾਂ ਦੇ ਮਕਾਨ ਰਹਿੰਦੇ ਨੇ ਤੇ ਕੁਝ ਗਲੀਆਂ ਬੰਨਣ ਵਾਲੀਆਂ ਰਹਿੰਦੀਆਂ ਇਸ ਗੱਲਾਂ ਦਾ ਕੁਝ ਕਮੀਆਂ ਹੈਗੀਆਂ ਸਰ ਕੁਝ ਗਰੀਬ ਵਿਚਾਰੇ ਤਾਂ ਆਪਣੇ ਕੋਠਿਆਂ ਤੋਂ ਵਿਚਾਰ ਹੈਗੇ ਆ ਘਾ ਕੋਠਿਆਂ ਦੇ ਘਾ ਉੱਗੇ ਹੈਗੇ ਆ ਸਰ ਜੀ ਉਹਨਾਂ ਨੂੰ ਕੋਲ ਘਰ ਚਾਹੀਦਾ ਗਰੀਬਾਂ ਨੂੰ ਵਾਸਤੇ ਸਰ ਜੀ ਤੁਸੀਂ ਅੱਜ ਇੱਥੇ ਆਏ ਹੋ ਦਿੱਕਤ ਨਹੀਂ ਹੁੰਦੀ ਕਿ ਜਿਸ ਤਰੀਕੇ ਨਾਲ ਤੁਸੀਂ ਆਏ ਹੋ ਕਿਉਂਕਿ ਆਪਣੀਆਂ ਟ੍ਰਾਈਸਾਈਕਲ ਦੇ ਉੱਤੇ ਆਏ ਹੋ ਤਾਂ ਵੋਟ ਪਾਣੀ ਜ਼ਰੂਰੀ ਸਮਝੀ ਕਿ ਪਾਣੀ ਚਾਹੀਦੀ ਆ ਵੋਟ ਨਹੀਂ ਸਰ ਮੈਂ ਸਮਝਦਾ ਜੋ ਮਹਾਰਾਜ ਨੇ ਕਰਤਾ ਚਲੋ ਵਧੀਆ ਹੋਇਆ ਹੈ ਬਾਕੀ ਆਪਣਾ ਹੱਕ ਬਣਦਾ ਹੈ ਵੋਟ ਪਾਉਣਾ ਜਿੱਦਾਂ ਮਰਜ਼ੀ ਆ ਵੋਟ ਪਾਉਣਾ ਜ਼ਰੂਰ ਜਾਣਾ ਚਾਹੀਦਾ ਹੈ ਠੀਕ ਨਹੀਂ ਜੀ ਸਰ ਪਿੰਡ ਦੇ ਵਿੱਚ ਕਿਹੜੇ ਹਾਲਾਤ ਕਿਉਂਕਿ ਜੇਕਰ ਪਿੰਡਾਂ ਦੀ ਗੱਲ ਕਰ ਲਈਏ ਤਾਂ ਕਾਫੀ ਕਈ ਵਾਰੀ ਹੁੰਦਾ ਕਿ ਇੱਕ ਆਸ ਉਮੀਦ ਹੁੰਦੀ ਆ ਸਾਡੇ ਪਿੰਡ 'ਚ ਆਹ ਤਰੱਕੀ ਹੋਵੇ ਐਜੂਕੇਸ਼ਨ ਨੂੰ ਲੈ ਕੇ ਸਿਹਤ ਪੱਖੀ ਲੈ ਕੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਚੀਜ਼ ਦੀ ਘਾਟ ਤੁਹਾਡੇ ਪਿੰਡ ਦੇ ਵਿੱਚ ਹੈਗੀ ਆ ਜੋ ਪੂਰੀ ਹੋਣੀ ਚਾਹੀਦੀ ਹੈ ਸਾਡੇ ਪਿੰਡ ਦੇ ਵਿੱਚ ਨਸ਼ੇ ਬਹੁਤ ਜ਼ਿਆਦਾ ਹੈ ਸਰ ਜੀ ਚਿੱਟਾ ਜਾਣੀ ਕਿ ਬਹੁਤ ਜ਼ਿਆਦਾ ਨੌਜਵਾਨ ਤਬਾਹ ਹੋ ਰਹੇ ਆ ਸਰ ਜੀ ਇਸ ਕੰਮ ਵਾਸਤੇ ਸਖਤਾਈ ਪਾਉਣੀ ਚਾਹੀਦੀ ਹੈ ਸਰ ਜੀ ਨਸ਼ੇ ਨੂੰ ਮਾਤ ਪਾਉਣੀ ਚਾਹੀਦੀ ਹਾਂਜੀ ਸਰ ਜੀ ਜੀ ਜਿਹੜੇ ਵੀਰ ਤੁਹਾਡੇ ਵਾਂਗੂ ਹੈਗੇ ਨੇ ਤਾਂ ਉਹਨਾਂ ਵਾਸਤੇ ਵੀ ਕੋਈ ਖਾਸ ਕਰਕੇ ਜੋ ਸਰਪੰਚਾਂ ਨੂੰ ਕੋਈ ਇੱਕ ਕੋਟਾ ਰੱਖਣਾ ਚਾਹੀਦਾ ਜੋ ਕਿ ਸਹੂਲਤ ਜਿਹੜੀ ਆ ਤੁਹਾਨੂੰ ਜ਼ਿਆਦਾ ਮਿਲ ਸਕੇ ਦੇਖੋ ਸਰ ਜੇ ਗਰੀਬ ਨੂੰ ਤੰਗੀ ਹੋਵੇ ਜਿੱਦਾਂ ਕੋਈ ਡੈਥ ਕਿਸੇ ਗਰੀਬ ਦੀ ਸਾਦੀ ਹੋਵੇ ਉਹਦੇ ਵਿੱਚ ਦਿੱਤਾ ਜਾਵੇ ਕਿਸੇ ਗਰੀਬ ਦਾ ਮਸਲਾ ਹੱਲ ਹੋ ਸਕਦਾ ਸਰ ਜੀ ਇਹੋ ਕਹਿਣਾ ਚਾਹੁੰਦਾ ਸਰ ਜੀ ਤੇ ਜਿਹੜੇ ਸਰਪੰਚ ਉਹਨਾਂ ਤੋਂ ਤੁਸੀਂ ਆਸ ਕਰਦੇ ਹੋ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕੋਈ ਸਰਪੰਚ ਚੁਣਿਆ ਜਾਂਦਾ ਤੇ ਤੁਹਾਡੀ ਸਾਰ ਲਊਗਾ ਤੁਹਾਡੇ ਵਰਗੇ ਜਿਹੜੇ ਵੀਰ ਹੈਗੇ ਨੇ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ ਹਾਂਜੀ ਸਰ ਜੀ ਸਾਨੂੰ ਹੁਣ ਯਾਰ ਕੀ ਆਸ ਹੈਗੀ ਆ ਕਿ ਜੋ ਵੀ ਸਰਪੰਚ ਉੱਠੇਗਾ ਉਹ ਸਾਬਰੀਆਂ ਦੀ ਸੁਣੇਗਾ ਗੱਲਬਾਤ ਠੀਕ ਹੈ ਜੀ ਸਰ ਵੋਟ ਪਾਉਣ ਦਾ ਉਤਸ਼ਾਹ ਹੈਗਾ ਹੈਗਾ ਸਰ ਜੀ ਪੂਰਾ ਹੈ ਪਾਏ ਵੋਟ ਇਨਕਲਾਬ ਜਿੰਦਾਬਾਦ ਜੀ ਠੀਕ ਸਰ ਤੁਸੀਂ ਵੇਖ ਸਕਦੇ ਹੋ ਕਿ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾ ਕੇ ਜੋ ਇਹਨਾਂ ਵੱਲੋਂ ਵੋਟ ਵੀ ਜਿਹੜੀ ਆ ਪਾਈ ਗਈ ਆਪਣਾ ਮਤ ਦਾਨ ਕੀਤਾ ਗਿਆ ਤਾਂ ਆਸ ਕੀਤੀ ਆ ਕਿ ਜੋ ਵੀ ਕੋਈ ਸਰਪੰਚ ਬਣੇਗਾ ਤਾਂ ਉਹਨਾਂ ਦੀ ਆਸ ਮੁਰਾਦ ਜ਼ਰੂਰ ਪੂਰੀ ਕਰੂਗਾ ਜੋ ਇਹਨਾਂ ਦੀਆਂ ਉਮੀਦਾਂ ਹੈਗੀਆਂ ਉਸ ਤੇ ਜ਼ਰੂਰ ਖਰਾ ਉਤਰੂਗਾ ਲੇਕਿਨ ਉਸ ਤੋਂ ਪਹਿਲਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇੱਕ ਤਰਫਾ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਦੂਜੇ ਤਰਫਾ ਜੋ ਵਿਕਲਾਂਗ ਲੋਕ ਨੇ ਜੋ ਸਿਹਤ ਪੱਖੋਂ ਜ਼ਰੂਰ ਰੱਬ ਵਜੋਂ ਮਾਰ ਪਈ ਆ ਤਾਂ ਲੇਕਿਨ ਵੋਟ ਪਾਉਣ ਦਾ ਅਧਿਕਾਰ ਪੂਰਾ ਰੱਖਦੇ ਨੇ ਜੋ ਵੋਟ ਆਪਣੇ ਜੋ ਇੱਥੇ ਪਹੁੰਚ ਕੇ ਉਹਨਾਂ ਵੱਲੋਂ ਆਪਣਾ ਮਤਦਾਨ ਜਿਹੜਾ ਹੈ ਕੀਤਾ ਗਿਆ ਤਾਂ ਇਹ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਅੱਜ ਦੇ ਵੋਟਿੰਗ ਦਿਨ ਨੂੰ ਲੈ ਕੇ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਇਕੱਲੀ ਇਕੱਲੀ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਾ ਸੁਨੇਕ ਜਗਬਾਨੀ ਟੀਵੀ ਸ਼੍ਰੀ ਅੰਮ੍ਰਿਤਸਰ ਸਾਹਿਬ।